ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰੇ ਗੁਰਮੁਖੋ, ਬਾਬਾ ਮੁਰਾਦ ਸ਼ਾਹ ਜੀ ਦੇ ਡੇਰੇ ਵਿੱਚ ਹੋਈ ਗੱਲ ਆਪਣੇ ਗੁਰੂਆਂ ਦਾ ਅਪਮਾਨ ਕਰਨ ਦੀ ਕਦੇ ਵੀ ਨਹੀਂ ਹੋ ਸਕਦੀ, ਕਿਉਂਕਿ ਸੰਤ ਕਾ ਨਿੰਦਕ ਮਹਾਂ ਅਤਾਈ, ਸੰਤ ਕਾ ਨਿੰਦਕ ਟਿਣ ਟਿਕਣ ਨਾ ਪਾਈ, ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਹਾਂ। ਗੁਰੂ ਸਾਹਿਬਾਨਾਂ ਦੀ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ। ਹਾਂ, ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਤੀਸਰੇ ਸਵਰੂਪ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭੱਲੇ ਪਰਿਵਾਰ ਦੇ ਵਿੱਚ ਪੈਦਾ ਹੋਏ ਔਰ ਮੇਰੇ ਸਾਈਂ ਜੀ ਵੀ ਨਕੋਦਰ ਵਿਖੇ ਭੱਲੇ ਪਰਿਵਾਰ ਦੇ ਵਿੱਚ ਪੈਦਾ ਹੋਏ। ਹਾਂ, ਇਹ ਗੱਲ ਮੈਂ ਜ਼ਰੂਰ ਕੀਤੀ ਹੈ, ਮਗਰ ਗੁਰੂ ਸਾਹਿਬਾਨਾਂ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਹੋ ਸਕਦੀ, ਕਿਉਂਕਿ ਉਹ ਸਤਿਗੁਰੂ ਨੇ, ਪਰਮ ਸਤਿਗੁਰੂ ਨੇ, ਆਦਿ ਗੁਰੂ ਨੇ। ਉਹਨਾਂ ਦਾ ਅਪਮਾਨ ਕਿਸ ਤਰ੍ਹਾਂ ਹੋ ਸਕਦਾ, ਮੈਂ ਸੋਚ ਵੀ ਨਹੀਂ ਸਕਦਾ। ਔਰ ਮੇਰੇ ਵੱਲੋਂ ਕਹੀ ਹੋਈ ਗੱਲ ਕਿਸੇ ਦੇ ਦਿਲ ਵਿੱਚ ਵੀ ਗਲਤੀ ਨਾਲ ਵੀ ਕੋਈ ਠੇਸ ਪਹੁੰਚਾ ਗਈ ਹੋਵੇ ਤਾਂ ਮੈਂ ਉਸ ਲਈ 100-100 ਵਾਰੀ ਮਾਫ਼ੀ ਮੰਗਦਾ। ਔਰ ਆਪਣਾ ਖਿਆਲ ਰੱਖਣਾ, ਸਿਹਤ ਤੰਦਰੁਸਤੀ ਪਰਮਾਤਮਾ ਬਣਾਈ ਰੱਖੇ, ਇੱਕਾ ਇਤਫਾਕ ਮੁਹੱਬਤ ਬਣਾਈ ਰੱਖੇ। ਇਹਨਾਂ ਗੱਲਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।